ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਦੇ ਜਾਣੇ ਪਛਾਣੇ ਸੌਂਗ ਰਾਈਟਰ ਚਰਨ ਲਖਾਰੀ ਜੀ ਬਾਰੇ ਜਿਨ੍ਹਾਂ ਦਾ ਜਨਮ ਪਿੰਡ ਮੰਨਣ ਜ਼ਿਲ੍ਹਾ ਤਰਨਤਾਰਨ ਵਿੱਚ ਹੋਇਆ ਦੋਸਤੋ ਚਰਨ ਲਖਾਰੀ ਹੋਣੀ ਪੰਜ ਭਰਾ ਤੇ ਇੱਕ ਭੈਣ ਹੈ ਜਿਨ੍ਹਾਂ ਵਿੱਚ ਉਹਨਾਂ ਦੇ ਤਿੰਨ ਭਰਾਵਾਂ ਦਾ ਦਿਹਾਂਤ ਹੋ ਚੁੱਕਾ ਹੈ ਵੈਸੇ ਤਾਂ ਚਰਨ ਲਖਾਰੀ ਦੇ ਗੀਤ ਰਣਜੀਤ ਬਾਵਾ ਮਨਮੋਣ ਵਾਰਿਸ ਕਮਲਹੀਰ ਐਮੀ ਵਿਰਕ ਅਮਰਿੰਦਰ ਗੱਲ ਅਤੇ ਕਈ ਹੋਰ ਨਾਮਵਰ ਕਲਾਕਾਰਾਂ ਨੇ ਗਾਏ ਹਨ ਉਹਨਾਂ ਨੇ ਹੁਣ ਤੱਕ ਥੋੜਾ ਲਿਖਿਆ ਪਰ ਜਿੰਨਾ ਵੀ ਲਿਖਿਆ ਬਾਤਮਾਲ ਲਿਖਿਆ ਚਰਨਲਖਾਰੀ ਦਾ ਬਚਪਨ ਦਾ ਨਾਮ ਤਾਂ ਚਰਨਜੀਤ ਸਿੰਘ ਸੀ ਪਰ ਬਾਅਦ ਵਿੱਚ ਉਹਨਾਂ ਨੇ ਆਪਣੇ ਗੀਤਾਂ ਵਿੱਚ ਚਰਨ ਮੰਨਣ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਉਹ ਆਪਣੀਆਂ ਛੋਟੀਆਂ-ਮੋਟੀਆਂ ਕਵਿਤਾਵਾਂ ਲਿਖਦੀਆਂ ਜੋ ਕਿ ਅਖਬਾਰਾਂ ਵਿੱਚ ਛਪਦੀਆਂ ਅਤੇ ਕਵੀ ਦਰਬਾਰਾਂ ਵਿੱਚ ਗਾਈਆਂ ਜਾਂਦੀਆਂ ਸਨ ਇੱਕ ਵਾਰ ਜਦੋਂ ਉਹਨਾਂ ਨੇ ਆਪਣਾ ਗੀਤ ਕਮਲਹੀਰ ਜੀ ਨੂੰ ਦਿਖਾਇਆ ਜਿਸ ਵਿੱਚ ਕੁਝ ਸ਼ਤਰਾਂ ਸਨ ਮੰਨਣ ਪਿੰਡ ਦਾ ਵਾਸੀ ਜਿਹਨੂੰ ਕਹਿੰਦੇ ਚਰਨ ਲਖਾਰੀ ਇਸ ਤੋਂ ਬਾਅਦ ਕਮਲਹੀਰ ਨੇ ਉਹਨਾਂ ਦਾ ਨਾਮ ਚਰਨ ਮੰਨਣ ਤੋਂ ਚਰਨ ਲਖਾਰੀ ਕਰ ਦਿੱਤਾ ਚਰਨ ਲਖਾਰੀ ਜੀ ਦੱਸਦੇ ਹਨ ਕਿ ਉਹਨਾਂ ਨੇ ਪਹਿਲਾਂ ਤਾਂ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਿਆ ਜਿਨ੍ਹਾਂ ਦਾ ਪ੍ਰਭਾਵ ਉਹਨਾਂ ਉੱਪਰ ਕਾਫੀ ਜ਼ਿਆਦਾ ਰਿਹਾ ਪਰ ਜਦੋਂ ਉਹਨਾਂ ਨੇ ਬਾਰਿਸ਼ਾ ਦੀ ਹੀਰ ਨੂੰ ਪੜ੍ਹਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਕਵਿਤਾ ਦਾ ਸਿਖਰ ਹੈ ਜਿਸ ਦਾ ਕਾਫੀ ਪ੍ਰਭਾਵ ਉਹਨਾਂ ਉੱਪਰ ਪਿਆ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਇੱਕ ਟਾਈਮ ਰੋਟੀ ਤਾਂ ਘੱਟ ਖਾ ਲੈਣਗੇ ਪਰ ਉਹ ਕਦੇ ਵੀ ਮਾੜਾ ਨਹੀਂ ਲਿਖਣਗੇ ਚੈਨਲ ਖਾਰੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ ਉਹਨਾਂ ਨੇ ਨੀਲ ਵੀ ਵੇਚਿਆ ਦਿਹਾੜੀਆਂ ਵੀ ਕੀਤੀਆਂ ਫਿਰ ਜਦੋਂ ਉਹ ਖਾਲਸਾ ਕਾਲਜ ਵਿੱਚ ਕੰਮ ਕਰਦੇ ਸਨ ਤਾਂ ਉਹਨਾਂ ਦੀ ਮੁਲਾਕਾਤ ਰਣਜੀਤ ਬਾਵਾ ਜੀ ਨਾਲ ਹੋਈ ਜੋ ਉਸ ਸਮੇਂ ਉੱਥੇ ਪੜ੍ਹਦੇ ਸਨ ਉਹਨਾਂ ਨੇ ਆਪਣਾ ਗੀਤ ਰਣਜੀਤ ਬਾਵਾ ਜੀ ਨੂੰ ਦਿੱਤਾ ਜਿਸ ਦੇ ਬੋਲ ਸਨ ਜੱਟ ਦੀ ਅਕਲ ਵੇਚ ਕੇ ਫਸਲ ਤੇ ਲੈ ਲਈ ਰਫਲ ਜੋ ਕਿ ਸੁੱਪਰ ਉੱਪਰ ਹਟ ਰਿਹਾ ਜੇਸੇ ਨਾਲ ਪੰਜਾਬੀ 뮤ਜ਼ਿਕ ਇੰਡਸਟਰੀ ਵਿੱਚ ਰਣਜੀਤ ਬਾਵਾ ਦੇ ਨਾਲ ਨਾਲ ਚਰਨ ਲਖਾਰੀ ਦਾ ਨਾਮ ਵੀ ਬਣ ਗਿਆ। ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਇੱਕ ਗੀਤ ਪੰਜਾਬੀ 뮤ਜ਼ਿਕ ਇੰਡਸਟਰੀ ਨੂੰ ਦਿੱਤੇ। ਚਰਨ ਪਹਿਲਾਂ ਤਾਂ ਆਪਣੇ ਪਿੰਡ ਮੰਨਣ ਵਿੱਚ ਹੀ ਰਹਿੰਦੇ ਸਨ ਪਰ ਬਾਅਦ ਵਿੱਚ ਰਣਜੀਤ ਬਾਵਾ ਜੀ ਨੇ ਉਹਨਾਂ ਨੂੰ ਪਿੰਡ ਨਿੱਕਾ ਪੁੱਤਰ ਵਿੱਚ ਛੋਟਾ ਜਿਹਾ ਘਰ ਲੈ ਕੇ ਦੇ ਦਿੱਤਾ। ਤੇ ਅੱਜ ਕੱਲ ਚਰਨ ਆਪਣੇ ਪਰਿਵਾਰ ਨਾਲ ਨਿੱਕਾ ਪੁੱਤਰ ਵਿੱਚ ਹੀ ਰਹਿੰਦੇ ਹਨ। ਉਹਨਾਂ ਨੂੰ ਵਿਦੇਸ਼ਾਂ ਤੋਂ ਵੀ ਕਾਫੀ ਆਫਰਾਂ ਆਈਆਂ। ਕਿਉਂ ਵਿਦੇਸ਼ ਯਾਤਰਾ ਕਰਨ ਪਰ ਉਹ ਕਹਿੰਦੇ ਹਨ ਕਿ ਉਹ ਹੋਰ ਦੇਸ਼ਾਂ ਵਿੱਚ ਨਹੀਂ ਬਲਕਿ ਪਾਕਿਸਤਾਨ ਵਿੱਚ ਜਾਣਾ ਪਸੰਦ ਕਰਨਗੇ ਤੇ ਇਸ ਉੱਪਰ ਉਹਨਾਂ ਨੇ ਇੱਕ ਗੀਤ ਵੀ ਲਿਖਿਆ ਸੀ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਜੋ ਕਿ ਰਣਜੀਤ ਬਾਵਾ ਜੀ ਦੀ ਆਵਾਜ਼ ਵਿੱਚ ਗਾਇਆ ਗਿਆ ਸੀ ਅਤੇ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਪੂਰ ਹੰਗਾਰਾ ਵੀ ਮਿਲਿਆ ਸੀ ਹੁਣ ਤੱਕ ਉਹਨਾਂ ਦੇ 20 ਤੋਂ 25 ਗੀਤ ਵੱਖ-ਵੱਖ ਸਿੰਗਰਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ ਅਤੇ ਉਹਨਾਂ ਨੇ ਕਈ ਫਿਲਮਾਂ ਲਈ ਵੀ ਗੀਤ ਲਿਖੇ ਹਨ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਚਰਨ ਲਖਾਰੀ ਜੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦੇ ਰਹਿਣ ਅਤੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਰਹਿਣ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ